ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਤ ਮੈਂ ਰੋਹਿਤ ਖੋਖਰ ਜਨਰਲ ਸੈਕਟਰੀ ਬਹੁਜਨ ਸਮਾਜ ਪਾਰਟੀ ਪੰਜਾਬ ਜੋ ਲੰਬੇ ਚਿਰ ਤੋਂ ਕਿਸਾਨਾਂ ਦਾ ਅੰਦੋਲਨ ਕਾਲੇ ਕਾਨੂੰਨਾਂ ਨੂੰ ਲੈ ਕੇ ਚੱਲ ਰਿਹਾ ਜੋ ਭਾਰਤ ਦੀ ਜਿਹੜੀ ਦਲਿਤ ਵਿਰੋਧੀ ਕਿਸਾਨ ਵਿਰੋਧੀ ਸਰਕਾਰ ਜੋ ਦੇਸ਼ ਦੇ ਅੰਦਰ ਹੁਣ ਕਾਲੇ ਕਾਨੂੰਨ ਲੈ ਕੇ ਆਈ ਹੈ ਉਹਦੇ ਸੰਬੰਧ 'ਚ 8 ਦਸੰਬਰ ਨੂੰ ਜੋ ਭਾਰਤ ਬੰਦ ਹੈ ਤੋ ਬਹੁਜਨ ਸਮਾਜ ਪਾਰਟੀ ਉਹਨੂੰ ਪੂਰਨ ਸਮਰਥਨ ਕਰਦੀ ਹੈ ਔਰ ਇਹਦੇ ਨਾਲ ਹੀ ਮੈਂ ਬਹੁਜਨ ਸਮਾਜ ਔਰ ਬਹੁਜਨ ਸਮਾਜ ਪਾਰਟੀ ਦੇ ਕਾਰਜਕਰਤਾ ਨੂੰ ਇਹ ਅਪੀਲ ਕਰਨਾ ਚਾਹੁੰਦਾ ਕਿ 8 ਤਰੀਕ ਨੂੰ ਜੋ ਤੁਸੀਂ ਸਾਰਿਆਂ ਨੇ ਸੜਕਾਂ 'ਤੇ ਮਾਨਯਵਰ ਸਾਹਿਬ ਸ਼੍ਰੀ ਕਾਂਛੀ ਰਾਮ ਜੀ ਦੇ ਨੀਲੇ ਝੰਡੇ ਲੈ ਕੇ ਕਿਸਾਨ ਅੰਦੋਲਨ 'ਚ ਪਾਰਟੀਸਪੇਸ਼ਨ ਕਰਨੀ ਹੈ ਔਰ ਇਹਦੇ ਨਾਲ ਹੀ ਮੈਂ ਸਾਹਿਬ ਸ਼੍ਰੀ ਕਾਂਛੀ ਰਾਮ ਦੀ ਇੱਕ ਗੱਲ ਕਹਿਣਾ ਚਾਹੁੰਦਾ ਕਿ ਸਾਹਿਬ ਸ਼੍ਰੀ ਕਾਂਛੀ ਰਾਮ ਜੀ ਨੇ ਕਿਹਾ ਸੀ ਕਿ ਨਿਕਲੋ ਬਾਹਰ ਮਕਾਨੋ ਸੇ ਜੰਗ ਲੜੋ ਬੇਈਮਾਨੋ ਸੇ ਆ ਜਾਓ ਜਿਸ ਤਰ੍ਹਾਂ 2 ਤਰੀਕ ਭਾਰਤ ਬੰਦ ਕੀਤਾ ਸੀ 2 ਅਪ੍ਰੈਲ ਨੂੰ SC ST ਐਕਟ ਜਦੋਂ ਡਲਿਊਟ ਨਰਿੰਦਰ ਮੋਦੀ ਦੀ ਸਰਕਾਰ ਦੇ ਦੁਆਰਾ ਕੀਤਾ ਗਿਆ ਸੀ ਹੁਣ ਉਹੋ ਜਿਹਾ ਹੀ ਮਾਹੌਲ ਅੱਜ ਤੁਸੀਂ 8 ਦਸੰਬਰ ਨੂੰ ਬਣਾਉਣਾ ਹੈ ਧੰਨਵਾਦ ਜੈ ਭੀਮ ਜੈ ਭਾਰਤ